NHL ਦੇ ਵਿੱਚ ਕੀ ਹੁੰਦਾ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਤਾਂ ਸ਼ੁਰੂ ਕਰਦੇ ਹਾਂ ਜੀ ਮੌਂਟਰੀਅਲ ਕੈਨੇਡੀਅਨਸ ਨਾਲ। ਪਿਛਲੇ ਹਫ਼ਤੇ ਅਸੀਂ ਗੱਲਬਾਤ ਕੀਤੀ ਸੀ ਕਿ ਇਹਨਾਂ ਦੇ ਕਾਫੀ ਬਦਲਾਅ ਆਇਆ, ਇਸ ਹਫ਼ਤੇ ਸਾਨੂੰ ਪਤਾ ਲੱਗ ਗਿਆ ਕੀ ਹੋਇਆ। ਹਾਂਜੀ ਰਣਦੀਪ, ਸਾਬਕਾ ਨਿਊਯਾਰਕ ਰੇਂਜਰਸ ਦਾ GM ਜੈਫ ਗੋਰਡਨ ਆਫੀਸ਼ੀਅਲੀ ਹੁਣ ਬਣ ਚੁੱਕਾ ਮੌਂਟਰੀਅਲ ਕੈਨੇਡੀਅਨਸ ਦਾ ਐਗਜ਼ੀਕਿਊਟਿਵ ਪ੍ਰੈਜ਼ੀਡੈਂਟ ਆਫ ਹਾਕੀ ਆਪਰੇਸ਼ਨਸ। ਤੇ ਅਗਲੀ ਜਿਹੜੀ ਖਬਰ ਆ ਉਹ ਇਹ ਆ ਕਿ GM ਕੌਣ ਬਣੂਗਾ ਮੌਂਟਰੀਅਲ ਦਾ, ਤਕਦੀਰ ਤੁਸੀਂ ਦੱਸੋ ਕੌਣ ਬਣੂਗਾ GM ਮੌਂਟਰੀਅਲ ਦਾ। ਕਈ ਨਾਮ ਨਜ਼ਰ ਆ ਰਹੇ ਆ ਗੁਰਪ੍ਰੀਤ, ਇੱਥੇ ਡੈਨੀਅਲ ਬ੍ਰੀਅਰ ਦਾ ਨਾਮ ਵੀ ਜੋ ਕਿ ਜ਼ਿਆਦਾ ਚਰਚਾ ਹੋ ਰਹੀ ਹੈ ਕਿ GM ਬਣ ਸਕਦਾ ਆ। ਤੇ ਚੇਤਾ ਰੱਖਣਾ ਇਹ ਜਿਹੜੇ ਮੇਨ ਮੈਨਰਸ ECHL ਦੀ ਟੀਮ ਹੈਗੀ ਹੈ, ਜਿਹੜੀ ਫਿਲਡਲਫੀਆ ਦੀ ਐਸੋਸੀਏਟ ਟੀਮ ਹੈਗੀ ਆ, ਉੱਥੇ VP ਵੀ ਰਿਹਾ, GM ਵੀ ਰਹਿ ਚੁੱਕਾ ਆ। ਸੋ ਇਹਦਾ ਤਜਰਬਾ ਹੈਗਾ, ਲਗਭਗ 1000 ਗੇਮਾਂ ਖੇਡਿਆ NHL ਦੇ ਵਿੱਚ। ਮੈਥਿਊ ਡਾਰਸ਼ ਦਾ ਵੀ ਨਾਮ ਆ ਰਿਹਾ ਜੋ ਕਿ ਇਸ ਵੇਲੇ ਟੈਂਪਾ ਬੇ ਲਾਈਟਨਿੰਗ ਦੇ ਨਾਲ ਡਾਇਰੈਕਟਰ ਹਾਕੀ ਆਪਰੇਸ਼ਨਸ ਹੈਗਾ। ਪੈਟ੍ਰਿਕ ਵਾਹ ਇਹਨਾਂ ਦਾ ਹੀ ਸਾਬਕਾ ਖਿਡਾਰੀ ਸੀਗਾ, 2 ਕੱਪ ਜਿੱਤ ਚੁੱਕਾ। ਤੇ ਮਾਰਟਨ ਮੈਰਨ ਜੂਨੀਅਰ ਜੋ ਕਿ NHL ਦੀ ਦੁਨੀਆ 'ਚ ਸਕਾਊਟਿੰਗ ਦਾ ਮਾਹਰ ਮੰਨਿਆ ਜਾਂਦਾ, ਕਈ ਖਿਡਾਰੀ ਇਹਦੇ ਆਏ ਹੋਏ ਆ NHL 'ਚ, 24 ਖਿਡਾਰੀ ਜਿਹੜੇ 100 ਗੇਮਾਂ ਖੇਡ ਚੁੱਕੇ NHL ਦੀ ਦੁਨੀਆ 'ਚ। ਤੇ ਚੇਤਾ ਰੱਖਣਾ ਰੋਬਰਟੋ ਲੁਵਾਂਗਾ ਦਾ ਵੀ ਨਾਂ ਸ਼ਾਮਲ, ਜੋ ਕਿ ਹੁਣ ਥੋੜ੍ਹਾ ਚਿਰ ਪਹਿਲਾਂ ਹੀ ਉਹਨੂੰ ਵਰਲਡ ਜੂਨੀਅਰ ਚੈਂਪੀਅਨਸ਼ਿਪ ਦਾ GM ਮਾਫ ਕਰਨਾ ਟੀਮ ਕੈਨੇਡਾ ਦਾ GM ਦਰਜਾ ਦਿੱਤਾ ਗਿਆ ਸੀਗਾ। ਕਮਾਲ ਦੀ ਗੱਲ ਹੈ ਜੀ, ਅਸੀਂ ਜਿਹੜਾ ਡੈਨੀਅਲ ਬ੍ਰੀਅਰ ਦਾ ਉਹਦਾ ਨਾਂ ਹੀ ਬਦਲ ਦਿੱਤਾ, ਡੈਨੀਅਲ ਬਦੇਨ ਬਣਾਤਾ। ਸੋ ਤਕਦੀਰ ਇਹ ਮੈਂ ਤੁਹਾਡਾ ਨਿਸ਼ਾਨਾ ਬਣਾਉਣਾ ਤੇ ਰਾਜਾ ਸ਼ੇਰਗਲ ਜਿਹੜੇ ਸਾਡੇ। ਮੇਰੀ ਗਲਤੀ ਹੈ ਥੋੜੀ ਜੀ, ਮੇਰੀ ਟਾਈਪਿੰਗ ਥੋੜੀ ਕਾਲੀ ਚ ਕਰ ਦਿੰਦਾ ਮੈਂ ਕਿਹਾ, ਥੋੜੀ ਜੀ ਗਲਤੀ ਕਹਿੰਦੇ ਉਹ ਬੈਠੇ ਰਹਿ, ਤੂੰ ਰਹਿਣ ਦੇ ਯਾਰ। ਓਕੇ ਚਲੋ ਅਸੀਂ ਮੁੜ ਕੇ ਜਾਂਦੇ ਆ ਜਿਹੜੇ ਕੇ ਅਸੀਂ GM ਬਾਰੇ ਜਿਹੜੀ ਟਾਈਮਲਾਈਨ ਆ। ਹਾਂਜੀ, ਉਹ ਕੀ ਹੋਊਗੀ ਅਤੇ ਨਾਲ ਦੇ ਨਾਲ ਕੰਡੀਸ਼ਨ ਵੀ ਹੈਗੀ ਆ ਕਿ ਗੋਰਡਨ ਨੇ ਕਿਹਾ ਜਿਹੜੀ ਫ੍ਰੈਂਚ ਭਾਸ਼ਾ ਵਾਲਾ GM ਹੋਣਾ ਚਾਹੀਦਾ। ਸੋ ਕੱਲ ਸਵੇਰੇ ਮੌਂਟਰੀਅਲ ਦੀ ਮੀਡੀਆ ਦੇ ਨਾਲ ਜੈਫ ਗੋਰਡਨ ਮਿਲੇ ਸੀ ਤਾਂ ਉਹਨਾਂ ਨੇ ਹਾਂ ਇਹ ਕਿਹਾ ਕਿ ਕ੍ਰਿਸਮਸ ਤੋਂ ਪਹਿਲਾਂ ਨਹੀਂ ਕੋਈ ਆਸ ਹੈਗੀ GM ਨਵੇਂ ਆਉਣ ਦੀ। ਜਿਹੜੇ ਨਾਂ ਤਕਦੀਰ ਨੇ ਲਿਸਟ ਕੀਤੇ, ਜੈਫ ਕੋਰਟਨ ਨੇ ਕਿਹਾ ਮੈਂ ਨਹੀਂ ਕੋਈ ਲਿਸਟ ਬਣਾਇਆ ਹਲੇ, ਬਣਾਇਆ ਤਾਂ ਉਹਨੇ ਹੋਣਾ ਪਰ ਉਹਨੂੰ ਕਹਿਣਾ ਤਾਂ ਇੱਦਾਂ ਹੀ ਪੈਂਦਾ। ਅਤੇ ਉਹਨੇ ਫ੍ਰੈਂਚ ਵਿੱਚ ਵੀ 2-3 ਗੱਲਾਂ ਕਹੀਆਂ ਬੜੀਆਂ ਚੰਗੀਆਂ ਲੱਗੀਆਂ, ਕਹਿੰਦਾ ਮੈਂ ਫ੍ਰੈਂਚ ਸਿੱਖ ਰਿਹਾ, ਮੈਨੂੰ ਆਉਂਦੀ ਨਹੀਂ, ਉਹਨੇ ਪੂਰੀ ਕੋਸ਼ਿਸ਼ ਕੀਤੀ। ਸੋ ਜਿਹੜਾ ਵੀ GM ਆਇਆ ਉਹ ਫ੍ਰੈਂਚ ਸਪੀਕਿੰਗ GM ਹੋਊਗਾ, ਇਹ ਤਾਂ ਪੱਕੀ ਗੱਲ ਹੈਗੀ ਆ। ਮੌਂਟਰੀਅਲ ਫ੍ਰੈਂਚ ਭਾਸ਼ਾ ਬੋਲਣੀ ਬਹੁਤ ਜ਼ਰੂਰੀ ਆ। ਸੋ ਇਹ ਹੁਣ ਇੰਤਜ਼ਾਰ ਕਰਨਾ ਪੈਣਾ ਥੋੜ੍ਹਾ ਬਹੁਤਾ, ਦੇਖੀਏ ਕੀ ਕਰਦਾ। ਹਾਂਜੀ, ਦੇਖੀਏ ਕਿਹੜਾ ਕ੍ਰਿਸਮਸ ਵਾਲਾ ਤੋਹਫਾ ਮਿਲਦਾ ਮੌਂਟਰੀਅਲ ਕੈਨੇਡੀਅਨਸ ਦੇ ਪ੍ਰੇਮੀਆਂ ਨੂੰ, ਸ਼ਾਇਦ ਨਵੇਂ ਸਾਲ ਦੇ ਵਿੱਚ ਇਹ ਤੋਹਫਾ ਮਿਲੇਗਾ। ਹੁਣ ਅਸੀਂ ਗੱਲਬਾਤ ਕਰਦੇ ਹਾਂ ਐਵੈਂਡਰ ਕੇਨ ਜੋ ਕਿ ਮੁੜ ਕੇ ਆ ਗਏ ਨੇ ਹਾਕੀ ਦੇ ਵਿੱਚ, ਪਰ NHL ਦੇ ਵਿੱਚ ਨਹੀਂ ਤਕਦੀਰ, AHL। ਹਾਂਜੀ, AHL 'ਚ ਭੇਜਿਆ ਗਿਆ, ਜਿਹੜੇ ਸੈਨ ਹੋਸੇ ਬੈਰਾਕੂਰਾ ਉਹਨਾਂ ਦੀ ਜੂਨੀਅਰ ਟੀਮ ਹੈਗੀ ਆ। ਅਤੇ 21 ਗੇਮਾਂ ਬਾਹਰ ਰਿਹਾ ਇਹ, ਕਿਉਂ? ਕੋਵਿਡ ਦਾ ਜਿਹੜਾ ਇਹਨੇ ਨਕਲੀ ਇਹਨੇ ਪੇਸ਼ ਕੀਤੀ ਸੀਗੀ ID ਕਾਰਡ ਵੈਕਸੀਨ ਦਾ, ਸੋ ਇਹਨੂੰ ਬਾਹਰ 21 ਗੇਮਾਂ ਵਾਸਤੇ ਸਸਪੈਂਸ਼ਨ ਦਿੱਤੀ ਗਈ ਸੀਗੀ। ਅਤੇ ਚੇਤਾ ਰੱਖਣਾ, ਸਾਰੇ ਭੁੱਲ ਗਏ ਆ ਮੈਨੂੰ ਲੱਗਦਾ, ਕਈ ਵਾਰੀ ਇਹ ਯਾਰ ਗੋਲ ਕਰ ਸਕਦਾ, ਵਧੀਆ ਖਿਡਾਰੀ ਹਜੇ ਹੈਗਾ, ਪਰ ਮਾਨਸਿਕ ਤੌਰ 'ਤੇ ਵਿਚਾਰਾ ਸਹੀ ਨਹੀਂ ਰਹਿੰਦਾ ਅਤੇ ਕੋਈ ਨਾ ਕੋਈ ਗਲਤੀ ਕਰ ਬਹਿੰਦਾ, ਘਰ ਬੈਠ ਕੇ ਘਰ ਬਹਿ ਜਾਂਦਾ, ਸਸਪੈਂਸ਼ਨਾਂ ਮਿਲ ਜਾਂਦੀਆਂ ਆ, ਟੀਮ ਨਾਲ ਅਣਬਣ ਹੋ ਜਾਂਦੀ ਆ। ਜੇ ਸਹੀ ਰਹੇ ਅਤੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਵਧੀਆ ਰੱਖੇ, ਇਹ ਖਤਰਨਾਕ ਖਿਡਾਰੀ ਬਣ ਸਕਦਾ ਹੈਗਾ, ਸਾਬਤ ਵੀ ਕਰ ਚੁੱਕਾ NHL ਦੀ ਦੁਨੀਆ ਦੇ ਵਿੱਚ। ਪਿਛਲੇ ਸੀਜ਼ਨ ਟੌਪ ਦਾ ਖਿਡਾਰੀ ਸੀ ਆਪਣੀ ਟੀਮ ਲਈ, ਭਾਵੇਂ ਕੋਵਿਡ ਕਰਕੇ ਛੋਟਾ ਸੀਜ਼ਨ ਸੀਗਾ। ਸਵਾਲ ਇਹ ਗੱਲ ਹੈਗੀ ਆਫ ਦੀ ਆਈਸ ਕਿੱਦਾਂ ਦੇ ਇਹਦੇ ਇਸ਼ੂ ਹੈਗੇ ਨੇ, ਪਰ ਇਹਨੇ ਆਪਣਾ ਏਜੰਟ ਵੀ ਬਦਲਿਆ, ਡੈਨੀਅਲ ਮਿਲਸਟੀਨ ਹੁਣ ਏਜੰਟ ਲਿਆਂਦਾ ਹੈ। ਪਰ ਸਵਾਲ ਇਹ ਆ ਕਿ ਕਹਿੰਦਾ ਕੋਸ਼ਿਸ਼ ਕਰ ਰਿਹਾ ਕਿ ਨਵੀਂ ਟੀਮ ਲੱਭਣ ਨੂੰ, ਸਵਾਲ ਇਹ ਆ ਕਿ ਟ੍ਰੇਡ ਇੰਟਰਸਟ ਹੋਊਗਾ, ਕੋਈ ਟੀਮ ਇਹਨੂੰ ਲਿਆਉਣਾ ਚਾਹੁੰਦੀ ਹੋਊਗੀ। ਰਣਦੀਪ, ਇਹਦੀ ਹੁਣ $7 ਮਿਲੀਅਨ ਦੀ ਤਨਖਾਹ ਆ, ਕੋਈ ਇੱਕ ਟੀਮ ਤਾਂ ਨਹੀਂ ਮੈਨੂੰ ਲੱਗਦਾ ਪੂਰੇ 7 ਮਿਲੀਅਨ ਚੱਕੂਗੀ। ਸੋ ਸੈਨ ਹੋਸੇ ਸ਼ਾਰਕਸ ਨੂੰ ਅੱਧੀ ਤਨਖਾਹ ਘੱਟ ਤੋਂ ਘੱਟ ਦੇਣੀ ਪਊਗੀ। ਜੇ ਮੰਨ ਗਏ ਤਾਂ ਫਿਰ ਹਾਂ ਸ਼ਾਇਦ ਟੀਮਾਂ 2-3 ਆਉਣਗੀਆਂ। ਜੇ ਕੋਈ ਤੀਜੀ ਟੀਮ ਵੀ ਡੀਲ ਵਿੱਚ ਆ ਸਕਦੀ ਆ, ਫਿਰ ਤਾਂ ਲਾਈਨਅਪ ਲੱਗ ਜਾਣੀ ਰਣਦੀਪ, ਜਿੱਦਾਂ ਬਾਕਸਿੰਗ ਡੇ ਵਾਲੀ ਸੇਲ ਵਾਲੇ ਦਿਨ 'ਤੇ ਸੇਲ 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 ਸਾਰੇ ਪਾਸੇ ਹੁੰਦੀ ਆ, ਲਾਈਨਅਪ ਲੱਗੀ ਹੁੰਦੀ ਆ, ਉੱਦਾਂ ਹੀ ਲਾਈਨਅਪ ਲੱਗ ਜਾਣੀ ਸੈਨ ਹੋਸੇ ਸ਼ਾਰਕਸ ਦੇ ਆਫਿਸ ਦੇ ਸਾਹਮਣੇ। ਚਲੋ ਟ੍ਰੇਡ ਦੀਆਂ ਗੱਲਾਂ ਜਾਰੀ ਰੱਖਦੇ ਹਾਂ। ਹਾਂਜੀ, ਜੇਕ ਡੇਬਰਸਕ ਬੋਸਟਨ ਦਾ ਖਿਡਾਰੀ, ਉਹਦੇ ਬਾਰੇ ਵੀ ਗੱਲਾਂ ਬਾਤਾਂ ਹੋ ਰਹੀਆਂ। ਹਾਂਜੀ, ਉਹਨੇ ਵੀ ਕਹਿ ਦਿੱਤਾ ਇਸ ਹਫ਼ਤੇ ਕਿ ਉਹ ਵੀ ਟ੍ਰੇਡ ਚਾਹੁੰਦਾ ਆ, ਕੋਈ ਹੋਰ ਟੀਮ 'ਤੇ ਜਾ ਕੇ ਖੇਡਣਾ ਚਾਹੁੰਦਾ ਆ। ਇਹ ਖਬਰ ਜਿਹੜੀ ਬੜੀ ਮਾੜੇ ਟਾਈਮ 'ਤੇ ਆਈ, ਕਿਉਂਕਿ ਬੋਸਟਨ ਬਰੂਇੰਸ ਦੀ ਟੀਮ ਵੀ ਆਫੈਂਸਿਵਲੀ ਸਟਰਗਲ ਕਰ ਰਹੀ ਆ, ਜੇਕ ਡੇਬਰਸਕ ਵੀ ਸਟਰਗਲ ਕਰ ਰਿਹਾ ਆਫੈਂਸਿਵਲੀ। ਸਿਰਫ 4 ਗੋਲ ਇਹਦੇ ਹੈਗੇ ਆ 19 ਗੇਮਾਂ 'ਚ ਇਸ ਸੀਜ਼ਨ, ਪਿਛਲੇ ਸੀਜ਼ਨ ਵੀ ਇੰਨੇ ਜ਼ਿਆਦਾ ਪੁਆਇੰਟ ਨਹੀਂ ਚੁੱਕੇ, ਪਰ ਜੇ ਆਪਾਂ ਇਹਦੇ ਪਹਿਲੇ 3 ਸੀਜ਼ਨ ਦੇਖੀਏ, ਇਹਨੇ ਐਵਰੇਜ 20 ਗੋਲ ਕੀਤੇ ਹਰੇਕ ਸੀਜ਼ਨ 'ਚ। ਸੋ ਇਹ ਖੇਡ ਸਕਦਾ ਵਧੀਆ, ਪਰ ਸ਼ਾਇਦ ਇਹਨੂੰ ਵੀ ਸੀਨਰੀ ਦੀ ਚੇਂਜ ਦੀ ਲੋੜ ਹੈਗੀ ਆ। ਸੋ ਵਾਪਸ ਮਾਫ ਕਰਨਾ ਬੋਸਟਨ ਨੂੰ ਵੀ ਕੋਈ ਆਫੈਂਸਿਵ ਫੋਰਵਰਡ ਖਿਲਾੜੀ ਵਧੀਆ ਕੋਈ ਲਿਆਉਣਾ ਪੈਣਾ ਇਹਦੇ ਲਈ। ਹਾਂਜੀ, ਇਹ ਵੀ ਚਾਹੁੰਦੇ ਆ ਪਲੇਅਆਫਸ ਦੇ ਵਿੱਚ ਇਹਨਾਂ ਨੇ ਜਾਣਾ ਚਾਹੁੰਦੇ ਆ। ਸੋ
कोई खिडारी खास करके कीमत वाला खिडारी मुड़ के आना चाहिए। एक दो टीम वैसटन कनेडा के कैलगरी एडमिंटन का ना चलिया सेंट लूइस ब्लूज़ का भी ना चलो वो तो नाराज हैगा इस वेले पर एक खुश खिडारी बारे भी गल कर रहे जो कि सूँ पता उन्होंने भी ट्रेड चर्चा चल रही है बेन शिरॉट। हाँ जी मॉन्ट्रियल सूँ पता कि काफ़ी माड़ा हाल हैगा स्टैंडिंग्स पक्षों सो प्लेऑफ की कहानी तो अधूरी लगती है प्रबंधक भी कढ़ दिते इस टीम चो पर सो बेन शिरॉट वो हैगा अनरिस्ट्रिक्टिड फ्री एजेंट इस साल तो बाद सो शायद उन्होंने हूँ ट्रेड की चर्चा चल पी है क्योंकि ये भी सोचते हैं टीम थोड़ी बहुत रीबिल्ड शायद करे सो ये वास्ते कुछ ट्रेड कुछ चाहते हैं पिक्स आन जो कि गांह कोई खिडारी ड्राफ्ट कर सकन सो चेता रखना बेन शिरॉट कीमती डिफेंसमैन हैगा तजर्बे वाला डिफेंसमैन हैगा तो यदि भी 10 टीमां हैगियां नो ट्रेड लिस्ट के उत्ते चलो देख रहे हैं इतने की बनता पर पिछले हफ्ते असीं तुहानूं खबर लिया कि जिथे ब्रेंडन लेम्यू ने ब्रेडी कचक ने गोलगप्पा समझ के दंदी बढ़ी सी गुरप्रीत की बने उस सिचुएशन का पता नहीं यार की सोचता सी हाँ दंदी बढ़ी तो सस्पेंशन मिल गई मिलनी भी चाहिए सी आ देखो तुसी आप ही किदा किन्नी घटिया हरकतें ने की दंदी बढ़न के नाल ब्रेंडन लेम्यू ने ओटावा सैनेटर्स के कप्तान ब्रेडी कचक ने दंदी बढ़ी 5 गेमां लई बाहर लगभग $40,000 की तनखा यदी जाती लगी तो यह बनता सी पूरा 5 गेमां लई इहदा भावें ज़्यादा दे दिंदे 2-3 गेम होर तां भी ठीक सी। हाँ जी तो देखना देखने पैना कि होंगे आने वाले समय के ब्रैड मरशॉन की सस्पेंशन बारे भी गल करांगे वह भी पोस्ट गेम पर देखते रहना हॉकी नाइन कैनेडा पंजाबी।